ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ, ਉਪਰੰਤ ਪੰਥਕ ਵਿਚਾਰਾਂ ਹੋਈਆਂ ਅਤੇ ਭਾਈ ਕੌਂਕੇ ਦੇ ਪਰਿਵਾਰ ਨੂੰ ਸਿਰੋਂ ਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ SGPC ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਸ਼ਹੀਦ ਭਾਈ ਕੌਂਕੇ ਦੇ ਪਰਿਵਾਰ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਰਿਪੋਰਟ ਜਨਤਕ ਹੋਣ ਤੋਂ ਬਾਅਦ ਕਮੇਟੀ ਵੱਲੋਂ ਇਹ ਸਮਾਗਮ ਕਰਵਾਇਆ ਗਿਆ ਅਤੇ ਅੱਗੇ ਵੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਨਸਾਫ਼ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਸੰਘਰਸ਼ ਕਰਦੀ ਰਹੇਗੀ। ਇਸ ਮੌਕੇ ਪਰਿਵਾਰ ਨੇ ਵੀ ਇਕਜੁੱਟ ਹੋ ਕੇ ਮਾਮਲੇ ਦੀ ਨਿਰਪੱਖ ਜਾਂਚ ਕਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ। ਬੜੀ ਚੰਗੀ ਗੱਲ ਆ, ਕੌਮ ਦੇ ਸ਼ਹੀਦਾਂ ਦੀ ਵਾਰਸ ਆ ਜਥੇਬੰਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਭਾਵੇਂ ਦੇਰ ਬਾਅਦ ਇਹ ਗੱਲ ਸਾਹਮਣੇ ਆਈ ਆ ਕਿਉਂਕਿ ਰਿਪੋਰਟ ਜਿਹੜੀ ਆ ਇਹ ਹੁਣੇ ਹੀ ਅਕਾਲ ਤਖ਼ਤ ਸਾਹਿਬ ਤੇ ਜਨਤਕ ਹੋਈ ਸੀ। ਇਸ ਕਰਕੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ, ਚੰਗਾ ਉਪਰਾਲਾ, ਪਰਿਵਾਰ ਨੇ ਅੱਜ ਹਾਜ਼ਰੀ ਭਰੀ ਆ। ਸੋ ਪ੍ਰਧਾਨ ਸਾਹਿਬ, ਸਿੰਘ ਸਾਹਿਬ ਸਾਰੇ ਨੇ ਇਸ ਸਮੇਂ ਹਾਜ਼ਰੀ ਭਰੀ ਆ। ਮੈਂ ਇਸ ਗੱਲ ਲਈ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਾ ਕਿ ਅਸੀਂ ਬੇਨਤੀ ਕੀਤੀ ਸੀ ਕਿ ਇੱਕ ਹੋਰ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਦਾ ਇੱਥੇ ਪ੍ਰੋਗਰਾਮ ਲਿਖਿਆ ਗਿਆ ਸੀ। ਸੋ ਉਹਨਾਂ ਸਾਰਿਆਂ ਨੇ ਇਸ ਸਾਂਝੇ ਪ੍ਰੋਗਰਾਮ ਦੇ ਲਈ ਸਹਿਮਤੀ ਭਰੀ ਆ ਸਾਰੀਆਂ ਹੀ ਜਥੇਬੰਦੀਆਂ ਦਾ। ਮੈਂ ਆਪਣੇ ਵੱਲੋਂ ਅਤੇ ਪ੍ਰਧਾਨ ਸਾਹਿਬ ਵੱਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ, ਕਿਉਂਕਿ ਸ਼ਹੀਦ ਸਾਰਿਆਂ ਦੇ ਸਾਂਝੇ ਹੁੰਦੇ ਆ, ਸਾਡਾ ਕੋਈ ਵਖਰੇਵਾ ਹੋ ਸਕਦਾ ਪਰ ਸ਼ਹੀਦ ਸਾਰਿਆਂ ਦੇ ਸਾਂਝੇ ਆ। ਅੱਜ ਸਾਰੇ ਪੰਥ ਨੇ, ਸਮੁੱਚੀਆਂ ਜਥੇਬੰਦੀਆਂ ਨੇ ਰਲ ਕੇ ਗੁਰੂ ਅੱਗੇ ਅਰਦਾਸ ਕੀਤੀ ਆ ਅਤੇ ਪਰਿਵਾਰ ਸ਼ਾਮਿਲ ਹੋਇਆ ਅਤੇ ਪਰਿਵਾਰ ਦੇ ਵੀ ਅਸੀਂ ਰਿਣੀ ਹਾਂ ਕਿ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ। ਹਾਂਜੀ ਹਾਂਜੀ, ਅਸੀਂ ਕਹਿੰਦੇ ਸਾਫ਼ ਮਿਲਣਾ ਚਾਹੀਦਾ, ਸਾਨੂੰ ਪਤਾ ਲੱਗੇ ਵੀ ਕੀ ਕੁਛ ਹੋਇਆ ਵਾ, ਇਨਸਾਫ਼ ਸਾਨੂੰ ਕੋਈ ਨਹੀਂ ਮਿਲਿਆ, ਇਨਸਾਫ਼ ਮਿਲਣਾ ਚਾਹੀਦਾ। ਇਸ 'ਤੇ ਕਹਿੰਦੇ ਵੀ ਸਾਰੇ ਜਥੇਬੰਦੀ ਰਲ ਕੇ ਕੋਈ ਆਪੋ ਆਪਣੇ ਨਾਲ ਇਕੱਠੇ ਹੋ ਕੇ ਇੱਕ ਇਸ ਨੂੰ ਲੜੋ, ਉਹਨਾਂ ਸਜ਼ਾ ਜ਼ਰੂਰ ਦੇਣੀ ਚਾਹੀਦੀ ਆ। ਜਿਹੜਾ ਗੁਰਮੀਤ ਘਰੋਂ ਲੱਗਿਆ ਵਾ, ਗੁਰਮੀਤ ਘੋਟਣਾ, ਦੂਜਾ ਸਾਰੇ ਉਹ ਸਾਰੇ ਸਜ਼ਾ ਮਿਲਣੀ ਚਾਹੀਦੀਆਂ ਵਾ। ਮਹਾਨ ਸ਼ਹੀਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਇਆ ਗਿਆ। ਔਰ ਮੈਂ ਸਮਝਦਾ ਕਿ ਸਮੇਂ ਦੀ ਸਰਕਾਰ ਨੇ ਜਿਸ ਤਰ੍ਹਾਂ ਬੁੱਚੜਾਂ ਦੀ ਤਰ੍ਹਾਂ ਔਰ ਉਹਨਾਂ ਨੂੰ ਪੁੱਠਾ ਟੰਗ ਕੇ ਫਿਰ ਉਹਨਾਂ ਦੇ ਇੱਥੇ ਥੱਲੇ ਲੱਤਾਂ ਚੱਡਿਆਂ ਦੇ ਵਿੱਚ ਠੁੱਡੇ ਮਾਰ ਕੇ ਔਰ ਬਹੁਤ ਬੁਰੀ ਤਰ੍ਹਾਂ, ਮੈਂ ਸਮਝਦਾ ਜਿਹੜੇ ਪੁਰਾਣੇ ਜ਼ੁਲਮ ਅਸੀਂ ਸੁਣੇ ਸੀ ਨਾ, ਪੁਰਾਣੀਆਂ ਜਿਹੜੀਆਂ ਹਕੂਮਤਾਂ ਕਰਦੀਆਂ ਸਨ ਮੁਗਲਾਂ ਦੇ ਟਾਈਮ 'ਤੇ, ਉਹ ਜ਼ੁਲਮ ਜਿਹੜਾ ਸੀ ਉਹ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ 'ਤੇ ਕੀਤਾ। ਬਾਅਦ ਵਿੱਚ ਉਸ ਟਾਈਮ ਦੇ ਜਿਹੜੇ SSP ਸੀ, ਘੋਟਣਾ ਜਿਹਨੂੰ ਕਹਿੰਦੇ ਆ, ਉਹਨੇ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਸੀ ਉਹ ਗੋਲੀ ਮਾਰ ਦਿੱਤੀ ਅਤੇ ਛੋਟੇ ਛੋਟੇ ਟੁਕੜੇ ਕਰਕੇ, ਜਿਸ ਤਰ੍ਹਾਂ ਪੁਰਾਣੇ ਮੁਗਲਾਂ ਦੇ ਟਾਈਮ 'ਤੇ ਬੱਚਿਆਂ ਦੇ ਟੋਟੇ ਟੋਟੇ ਕਰਦੇ ਸੀ, ਉਹ ਟੋਟੇ ਟੋਟੇ ਕਰਕੇ ਫਿਰ ਉਹ ਜਿਹੜਾ ਨਹਿਰ ਦੇ ਵਿੱਚ ਜਿਹੜਾ ਸੀ ਉਹਨਾਂ ਦੀ ਲਾਸ਼ ਨੂੰ ਸੁੱਟ ਦਿੱਤਾ। ਦੱਸਣ ਵਾਲੇ ਗਵਾਹ ਜਿਹੜੇ ਉਸ ਟਾਈਮ ਦੇ ਨਾਲ ਉਹ ਤਾਂ ਦੱਸਦੇ, ਅੱਖਾਂ ਵੀ ਕੱਢ ਦਿੱਤੀਆਂ ਸਨ। ਮੈਂ ਸਮਝਦਾ ਵੀ ਬੁੱਚੜਾਂ ਨੇ ਖਰੇ ਕਿਹੜਾ ਕਿਹੜਾ ਤਸ਼ੱਦਦ ਉਹਨਾਂ ਨੇ ਕੀਤਾ। ਸੋ ਪੁਰਾਣਾ ਜਿੰਨੇ ਵੀ ਇਹ ਸਿੱਖ ਸੰਘਰਸ਼ ਦੇ ਵਿੱਚ ਸਿੰਘ ਸ਼ਹੀਦ ਹੋਏ ਆ, ਉਹਨਾਂ ਨਾਲ ਇਹੋ ਜਿਹਾ ਵਤੀਰਾ ਹੈ ਜਿਹੜਾ ਹੈ ਉਹ ਸਮੇਂ ਦੀ ਸਰਕਾਰ ਨੇ ਕੀਤਾ। ਦੇਰ ਆਏ ਦਰੁਸਤ ਆਏ, ਪਹਿਲਾਂ ਵੀ ਮਨਾਉਣਾ ਚਾਹੀਦਾ ਸੀ। ਕੋਈ ਵੀ ਸਿੰਘ ਜਿਹੜਾ ਕੌਮ ਲਈ ਸ਼ਹੀਦ ਹੁੰਦਾ ਉਹ ਸਾਡਾ, ਸਾਡੀ ਕੌਮ ਦਾ, ਸਾਡੀ ਕੌਮ ਦੀ ਉਹ ਮੈਂ ਸਮਝਦਾ ਵੀ ਸ਼ਾਨ ਆ। ਸੋ ਪਹਿਲਾਂ ਵੀ ਮਨਾਉਂਦੇ ਤਾਂ ਬਹੁਤ ਚੰਗੀ ਗੱਲ ਸੀ, ਜੇ ਹੋਰ ਵੀ ਮਨਾਇਆ ਤਾਂ ਮੈਂ ਸਮਝਦਾ ਹੈ ਕਿ ਆਪਣਾ ਕੌਮ ਦੇ ਮਹਾਨ ਸ਼ਹੀਦ ਵਜੋਂ ਉਹਨਾਂ ਦਾ ਜਿਹੜਾ ਅੱਜ ਇਹ ਕਿਹਾ ਵੀ ਗਿਆ ਸ਼੍ਰੋਮਣੀ ਕਮੇਟੀ ਨੂੰ ਵੀ ਉਹਨਾਂ ਨੂੰ ਦਰਜਾ ਵੀ ਦਿੱਤਾ ਜਾਵੇ। ਸੋ ਮੈਂ ਸਮਝਦਾ ਹੈ ਕਿ ਜਿੰਨੇ ਸਿੰਘ ਸਿੱਖ ਸੰਘਰਸ਼ ਸ਼ਹੀਦ ਹੋਏ ਆ ਸਾਰਿਆਂ ਦਾ ਇੱਕ ਇਕੱਠੇ ਤੌਰ 'ਤੇ ਜਿਹੜਾ ਹੈ ਅਖੰਡ ਪਾਠ ਸਾਹਿਬ ਭਾਵੇਂ ਇੱਥੇ ਕਰ ਲਿਆ ਕਰਨਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ, ਔਰ ਸਮੁੱਚੇ ਤੌਰ 'ਤੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ, ਕਿਉਂਕਿ ਪਰਿਵਾਰ ਜ਼ਿਆਦਾ ਹੋ ਜਾਂਦੇ ਆ ਅਤੇ ਸਾਰੇ ਪਰਿਵਾਰਾਂ ਨੂੰ ਸੱਦ ਕੇ ਅਤੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਟਾਈਮ ਵਿੱਚ ਸਨਮਾਨਿਤ ਕੀਤਾ ਜਾਊਗਾ, ਕਿਉਂਕਿ ਇੱਥੇ 6 ਜੂਨ ਦਾ ਦਿਨ ਤਾਂ ਆਪਾਂ ਮਨਾਉਣਾ ਹੀ ਆ ਔਰ ਉਸ ਟਾਈਮ 'ਤੇ ਵੀ ਸੰਗਤ ਇਕੱਠੀ ਹੁੰਦੀ ਹੈ, ਲੇਕਿਨ ਸਾਰੇ ਸਿੰਘਾਂ ਦਾ ਜਦੋਂ ਆਪਾਂ ਸ਼ਹੀਦੀ ਦਿਨ ਮਨਾਵਾਂਗੇ ਤਾਂ ਮੇਰੇ ਸਮਝ ਦੇ ਵਿੱਚ ਹੈ ਕਿ ਮੰਜੀ ਸਾਹਿਬ ਦੀਵਾਨ ਹਾਲ ਸਭ ਤੋਂ ਆਪਣੀ ਪ੍ਰਿਓਟ ਜਿਹੜੀ ਜਗ੍ਹਾ ਹੈ, ਪਰ ਉਹਨਾਂ ਦੇ ਭੋਗ ਜਿਹੜੇ ਆ ਇੱਥੇ ਅਕਾਲ ਤਖ਼ਤ ਸਾਹਿਬ 'ਤੇ ਪੈਣ ਅਤੇ ਬਾਅਦ ਵਿੱਚ ਸਨਮਾਨਿਤ ਜਿਹੜਾ ਹੈ ਉੱਥੇ ਸਨਮਾਨ ਸਾਹਿਬ ਸਾਰੇ ਸਿੰਘਾਂ ਨੂੰ ਪੁੱਜਦਾ ਕੀਤਾ। ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ
जिन्हों को के जालम सरकार ने शहीद किया तिना का अज शहीदी दिहाड़ा भावें उन्होंने पिंड भी मनाया जा रहा पर अज श्री अकाल तख्त साहब विखे परसों रोज तो श्री अखंड पाठ साहब की परंपरा हुई सी। अज अमृत वेले भोगों तो बाद शब्द गायण करके अरदास बेनती जो जी की गई उन्होंने परिवारक उन्होंने धर्म सपत्नी और होर परिवार के जी जे चेचे तौर पर सारे पहुँचे से कि उस वेले की कांग्रेस हुकूमत ने एक भाई साहब क्योंकि अदुत्ती शख्सियत सी 25,000 होर जिहड़ियां अन आइडेंटिफाइड लाशां सी जिन्हां दा वेरवा भाई जसवंत सिंह जी खालड़ा ने तैयार किया सी उन्हां नूं भी खोह के इन्होंने मार लिया। सो सिख पंथ दे विच इह विधवता रही गुरु साहब जी कृपा कारण शहीदियां बहुत वड्डियां हो जांदियां ते जालम सरकारां जिहड़ियां वह अपने तशद तो कदे बाज नहीं आईया पर कलगीधर ने पंथ ऐसा साजिया कि सिर कट्टण वाले मुक जांदे आ सिर देण वाले नहीं मुकदे। सो उन्हां दे अज सनमुख ये जिहड़ा शहीदी दिहाड़ा अज उन्हां दे भाई गुरदेव सिंह जी कौंके जथेदार साहब जी की यादगार विच इत्थे मनाया गया आ। सो उन्हां दी जिहड़ी तस्वीर पहलां ही श्री अजायब घर जिहड़ा साडा उस अजायब घर के शोभित कर दी गई है तो मैं श्रोमणी गुरद्वारा प्रबंधक कमेटी वालों तख्त श्री अकाल तख्त साहब जी के जथेदार साहब तो पांच संघ साहबानों बेनती करदा कि भाई गुरदेव सिंह जी जथेदार साहब न कौमी शहीद का जोड़ा है वो सत्कार दिता जाए क्योंकि जिस ढंग के नाल उस वेले की सरकार ने तो जोड़े गवाह आ मौके दे उन्होंने जिस ढंग के नाल वो शहीदी जी बयान की आ मैं समझदा अजोके युग के बड़ी वो मिसाल आ। वाहेगुरू।